ਦੋਸਤੋ ਇੱਕ ਐਸ ਵਾਲੀ ਦੀ ਖਾਸ ਖਬਰ ਦਾ ਰੁਖ ਕਰ ਲੈਨੇ ਆ ਖਬਰ ਜੁੜੀ ਹੋਈ ਹੈ ਜੀ ਸਿੱਧੂ ਮੂਸੇਵਾਲੇ ਦੇ ਨਾਲ ਸਿੱਧੂ ਮੂਸੇਵਾਲੇ ਦਾ ਜਿਸ ਲੜਕੀ ਦੇ ਨਾਲ ਵਿਆਹ ਹੋਣਾ ਸੀ ਉਸ ਦਾ ਨਾਮ ਕੀ ਹੈ ਕਿਹੜੇ ਪਿੰਡ ਦੀ ਹੈ ਤੁਹਾਨੂੰ ਜਰੂਰ ਦੱਸਾਂਗੇ ਸਿੱਧੂ ਦੀ ਮੰਗੇਤਰ ਦੇ ਬਾਰੇ ਵੀ ਉਸ ਦੇ ਮਾਪਿਆਂ ਨੇ ਵੱਡੇ ਖੁਲਾਸੇ ਕੀਤੇ ਨੇ ਸੋ ਮਾਮਲਾ ਜਿਹੜਾ ਹੈ ਕਾਫੀ ਛਾਇਆ ਹੋਇਆ ਹੈ ਸੋਸ਼ਲ ਮੀਡੀਆ ਤੇ ਲੋਕ ਜਿਹੜੇ ਨੇ ਸਵਾਲ ਪੁੱਛ ਰਹੇ ਨੇ ਸੋ ਜਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਸਾਰੇ ਜਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਦੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਦਾ ਨਵਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਇਸ ਵਕਤ ਗੱਲ ਕਰਾਂਗੇ ਜੀ ਸਿੱਧੂ ਮੂਸੇਵਾਲੇ ਦੀ ਸਿੱਧੂ ਮੂਸੇਵਾਲੇ ਦੇ ਪਿਤਾ ਪਲਕੌਰ ਸਿੰਘ ਕਾਫੀ ਚਰਚਾ ਦੇ ਵਿੱਚ ਨੇ ਤੇ ਆਪਣੀ ਹੋਣ ਵਾਲੀ ਨੂੰ ਦੇ ਬਾਰੇ ਵੀ ਕਿਤੇ ਨਾ ਕਿਤੇ ਗੱਲ ਕਰਕੇ ਅੱਖਾਂ ਦੇ ਵਿੱਚ ਹੰਝੂ ਪਰ ਲੈਂਦੇ ਨੇ ਪਤਾਬਲ ਕੌਰ ਸਿੰਘ ਆਪਣੇ ਪੁੱਤ ਸਿੱਧੂ ਮੂਸੇਵਾਲੇ ਨੂੰ ਤਾਂ ਜਿੱਥੇ ਯਾਦ ਕਰਦੇ ਹੀ ਕਰਦੇ ਨੇ ਉਥੇ ਹੀ ਆਪਣੇ ਪੁੱਤ ਸਿੱਧੂ ਮੂਸੇਵਾਲੇ ਨੂੰ ਯਾਦ ਕਰਕੇ ਤੇ ਉਸ ਦੇ ਸ਼ਗਨਾਂ ਵਾਲੇ ਦਿਨਾਂ ਨੂੰ ਯਾਦ ਕਰਕੇ ਉਸ ਦੇ ਵਿਆਹ ਨੂੰ ਯਾਦ ਕਰਕੇ ਤੇ ਆਪਣੀ ਹੋਣ ਵਾਲੀ ਨੂੰ ਨੂੰ ਯਾਦ ਕਰਕੇ ਰੋਣ ਲੱਗ ਜਾਂਦੇ ਨੇ ਸੋ ਕਾਫੀ ਵਾਰ ਮੂਸਾ ਪਿੰਡ ਦੇ ਵਿੱਚ ਉਹਨਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਉਹਨਾਂ ਨੂੰ ਚੁੱਪ ਕਰਾਇਆ ਗਿਆ ਸੋ ਉਹਨਾਂ ਨੂੰ ਤਰਵਾਸਾ ਦਿੱਤਾ ਗਿਆ ਏ ਕਿ ਸਿੱਧੂ ਮੂਸੇਵਾਲੇ ਨੂੰ ਜ਼ਰੂਰ ਆ ਵਾਪਸ ਲਿਆਂਦਾ ਜਾਊਗਾ ਸਿੱਧੂ ਮੂਸੇਵਾਲੇ ਨੂੰ ਜਿਸ ਤਰ੍ਹਾਂ ਕਿ ਹਾਲੋਗ੍ਰਾਮ ਦੇ ذریعے ਵੇਖਿਆ ਜਾਏਗਾ ਸਿੱਧੂ ਮੂਸੇਵਾਲੇ ਦੀਆਂ ਕੁਝ ਤਸਵੀਰਾਂ ਨੂੰ ਵੇਖਿਆ ਜਾਏਗਾ ਸੋ ਗੱਲਾਂ ਬਾਤਾਂ ਜਿਹੜੀਆਂ ਨੇ ਕੁਝ ਖਾਸ ਤੌਰ ਤੇ ਕੀਤੀਆਂ ਜਾ ਰਹੀਆਂ ਨੇ ਸੋ ਜਿਸ ਤਰ੍ਹਾਂ ਕਿ ਸਿੱਧੂ ਮੂਸੇਵਾਲੇ ਦਾ ਵਿਆਹ ਹੋਣ ਵਾਲਾ ਸੀ ਸਿੱਧੂ ਮੂਸੇਵਾਲੇ ਦੀਆਂ ਕੁਝ ਤਸਵੀਰਾਂ ਵੀ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਸੋ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦੀ ਮੰਗੇਤਰ ਜਿਸ ਦਾ ਨਾਮ ਅਮਨਦੀਪ ਕੌਰ ਹੈ ਜੋ ਪਿੰਡ ਸੰਗਰੇੜੀ ਦੀ ਸੰਗਰੂਰ ਜ਼ਿਲ੍ਹਾ ਦੀ ਰਹਿਣ ਵਾਲੀ ਹੈ ਕਨੇਡਾ ਦੀ ਪੀ ਆਰ ਹੈ ਉਹ ਮੁਟਿਆਰ ਜਿਸ ਦੇ ਨਾਲ ਸਿੱਧੂ ਮੂਸੇਵਾਲੇ ਦਾ ਵਿਆਹ ਹੋਣ ਵਾਲਾ ਸੀ ਪਰ ਕਿਤੇ ਨਾ ਕਿਤੇ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਸਾਹਮਣੇ ਆਈਆਂ ਨੇ ਸਿੱਧੂ ਮੂਸੇਵਾਲੇ ਦਾ ਵਿਆਹ ਜਿਹੜਾ ਸੀ ਹੋਣ ਵਾਲਾ ਸੀ ਜੂਨ ਦੇ ਵਿੱਚ ਪਰ ਉਸ ਨੂੰ ਟਾਲ ਕੇ ਨਵੰਬਰ ਦੇ ਵਿੱਚ ਕਰ ਦਿੱਤਾ ਗਿਆ ਸੀ ਉਸ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਹੱਤਿਆ ਹੋ ਜਾਂਦੀ ਹੈ ਤੇ ਅੱਜ ਵੀ ਸਿੱਧੂ ਮੂਸੇਵਾਲੇ ਦੇ ਮਾਪੇ ਆਪਣੇ ਪੁੱਤ ਨੂੰ ਯਾਦ ਕਰਕੇ ਰੋ ਪੈਂਦੇ ਨੇ ਸੋ ਸਿੱਧੂ ਦੇ ਪਿਤਾ ਬਲਕੌਰ ਸਿੰਘ ਕਹਿੰਦੇ ਨੇ ਕਿ ਮੇਰੀ ਨੂੰ ਜਿਹੜੀ ਹੈ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਉਸ ਹਾਦਸੇ ਨੂੰ ਉਸ ਐਕਸੀਡੈਂਟ ਨੂੰ ਉਹ ਭੁਲਾ ਨਹੀਂ پا ਰਹੀ ਹੈ ਉਹ ਅੱਜ ਵੀ ਰੋਂਦੀ ਪਈ ਹੈ ਤੇ ਸਿੱਧੂ ਨੂੰ ਯਾਦ ਕਰਦੀ ਪਈ ਹੈ ਜਿਸ ਦੇ ਨਾਲ ਉਸ ਨੇ ਲਾਵਾਂ ਲੈ ਕੇ ਨਵਾਂ ਜੀਵਨ ਸ਼ੁਰੂ ਕਰਨਾ ਸੀ ਪਰ ਉਸ ਦੀ ਦਰਿੰਦਿਆਂ ਦੇ ਵੱਲੋਂ ਹੱਤਿਆ ਕਰ ਦਿੱਤੀ ਗਈ ਹੈ ਉਸ ਦੇ ਦਿਲ ਨੂੰ ਬਹੁਤ ਵੱਡੀ ਸੱਟ ਲੱਗੀ ਹੈ ਸਿੱਧੂ ਦੀ ਮਾਂ ਚਰਨਕੌਰ ਪੁੱਛਦੀ ਹੈ ਕਿ ਮੇਰਾ ਪੁੱਤ ਕਦੋਂ ਆਊਗਾ ਤਾਂ ਉਹ ਵੀ ਆਯਾਦ ਕਰਕੇ ਰੋਣ ਲੱਗ ਜਾਂਦੀ ਹੈ ਤਾਂ ਮੇਰੇ ਕੋਲ ਕੋਈ ਜਵਾਬ ਨਹੀਂ ਬਚਦਾ ਕਿ ਮੈਂ ਉਸ ਨੂੰ ਕੀ ਜਵਾਬ ਦੇਵਾਂ ਕੀ ਕਹਿ ਕੇ ਉਸ ਨੂੰ ਦੱਸਾਂ ਕਿ ਸਿੱਧੂ ਕਦੋਂ ਆਵੇਗਾ ਹਾਲਾਂਕਿ ਸਿੱਧੂ ਦੀ ਮੌਤ ਦਾ ਮੈਨੂੰ ਬਹੁਤ ਵੱਡਾ ਸਦਮਾ ਲੱਗਿਆ ਏ ਪਰ ਉਦੋਂ ਵੀ ਵੱਡਾ ਸਦਮਾ ਏ ਕਿ ਪੰਜਾਬ ਸਰਕਾਰ ਹਲੇ ਤੱਕ ਸਿੱਧੂ ਦੀ ਹੱਤਿਆ ਦਾ ਇਨਸਾਫ ਨਹੀਂ ਦੇ ਸਕੀ ਏ ਸਿੱਧੂ ਮੂਸੇਵਾਲੇ ਦੀ ਹੱਤਿਆ ਦਾ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਪੰਜਾਬ ਸਰਕਾਰ ਲਾਰੇ ਤੇ ਲਾਰੇ ਲਾ ਰਹੀ ਹੈ ਜਦਕਿ 7 ਮਹੀਨੇ ਜਿਹੜੇ ਨੇ ਪੂਰੇ ਹੋ ਚੁੱਕੇ ਨੇ ਤੇ ਅੱਠਵਾਂ ਮਹੀਨਾ ਵੀ ਪੂਰਾ ਹੋਣ ਦੀ ਕਗਾਰ ਤੇ ਖੜਿਆ ਹੋਇਆ ਏ ਪਰ ਸਿੱਧੂ ਮੂਸੇਵਾਲੇ ਦੀ ਮੌਤ ਦਾ ਹਜੇ ਤੱਕ ਇਨਸਾਫ ਨਹੀਂ ਮਿਲਿਆ ਤੇ ਸਾਨੂੰ ਇਸ ਬਾਰੇ ਬਹੁਤ ਵੱਡਾ ਅਫਸੋਸ ਹੈ ਤੇ ਗਿਲਾ ਵੀ ਹੈ ਕਿ ਪੰਜਾਬ ਸਰਕਾਰ ਗੋਲਡੀ ਬਰਾੜ ਵਰਗੇ ਔਰ ਲਾਰੈਂਸ ਬਿਸ਼ਨੋਈ ਵਰਗਿਆਂ ਨੂੰ ਸਜ਼ਾ ਦੇਣ ਦੇ ਵਿੱਚ ਨਾਕਾਮਜਾਬ ਰਹੀ ਹੈ ਤੇ ਸਿੱਧੂ ਦੇ ਪਿਤਾ ਦਾ ਮੰਨਣਾ ਹੈ ਕਿ ਸਾਡਾ ਦਿਲ ਬਹੁਤ ਦੁਖੀ ਹੈ ਤੇ ਗੱਲ ਕਰੀਏ ਸਾਡੀ ਹੋਣ ਵਾਲੀ ਨੂੰ ਉਹ ਵੀ ਬਹੁਤ ਦੁਖੀ ਹੈ ਤੇ ਸਿੱਧੂ ਦੀ ਮੌਤ ਦਾ ਇਨਸਾਫ ਮੰਗ ਰਹੀ ਹੈ ਸਾਡੇ ਦਿਲਾਂ ਨੂੰ ਉਦੋਂ ਤੱਕ ਤਰਵਾਸ ਨਹੀਂ ਮਿਲੇਗਾ ਜਦੋਂ ਤੱਕ ਸਿੱਧੂ ਨੂੰ ਤੇ ਉਹਦੇ ਮਾਰਨ ਵਾਲਿਆਂ ਨੂੰ ਸਜਾ ਨਹੀਂ ਮਿਲਦੀ ਤੇ ਸਿੱਧੂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਅਸੀਂ ਵੀ ਚੁੱਪ ਕਰਕੇ ਨਹੀਂ ਬੈਠਾਂਗੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਜਿਹੜੇ ਨੇ ਖਾਸ ਤੌਰ ਤੇ ਗੱਲਾਂ ਬਾਤਾਂ ਕਰਦੇ ਪਏ ਨੇ ਸੋ ਜਿਸ ਤਰ੍ਹਾਂ ਕਿ ਪੰਜਾਬੀ ਇੰਡਸਟਰੀ ਦੀ ਜੇ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਹੈ ਸੋ ਹਰ ਕੋਈ ਬੰਦਾ ਇੰਡਸਟਰੀ ਦੇ ਨਾਲ ਹੈ ਰਿਲੇਟਡ ਹੈ ਜਾਂ ਇੰਡਸਟਰੀ ਤੋਂ ਬਾਹਰ ਹੈ ਹਰ ਕੋਈ ਸਿੱਧੂ ਮੂਸੇਵਾਲੇ ਦੇ ਲਈ ਇਨਸਾਫ ਮੰਗ ਰਿਹਾ ਹੈ ਸਿੱਧੂ ਮੂਸੇਵਾਲੇ ਨੂੰ ਇਨਸਾਫ ਦੇਣ ਦੀ ਗੱਲ ਕਰ ਰਿਹਾ ਹੈ ਪੰਜਾਬ ਸਰਕਾਰ ਨੂੰ ਗੁਹਾਰ ਲਗਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸੋ ਗੱਲ ਕਰੀਏ ਦੂਜੇ ਪਾਸੇ ਇੱਕ ਖਾਸ ਅਪਡੇਟ ਦੀ ਮਰਹੂਮ ਸਰਦੂਲ ਸਿਕੰਦਰ ਨੂੰ ਯਾਦ ਕਰਦੇ ਹਾਂ ਅਮਰ ਨੂਰੀ ਨੇ ਦਿਲ ਨੂੰ ਛੂ ਜਾਣ ਵਾਲੀ ਪੋਸਟ ਜਿਹੜੀ ਐ ਸਾਂਝੀ ਕੀਤੀ ਹੈ ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਨੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦੇ ਦਿਲਾਂ ਤੇ ਰਾਜ ਕੀਤਾ ਉਹਨਾਂ ਨੇ ਸੰਗੀਤ ਜਗਤ ਦੇ ਵਿੱਚ ਆਪਣੀ ਖਾਸ ਪਛਾਣ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਹੈ ਉਹ ਭਾਵੇਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਨੇ ਪਰ ਸਰੋਤਿਆਂ ਦੇ ਦਿਲਾਂ 'ਚ ਆਪਣੇ ਗੀਤਾਂ ਦੇ ਨਾਲ ਅੱਜ ਵੀ ਜਿਉਂਦੇ ਨੇ। ਉਹਨਾਂ ਦੇ ਗੀਤ ਭਾਵੇਂ ਉਹ ਮਿੱਤਰਾਂ ਨੂੰ ਮਾਰ ਗਿਆ ਨਹੀਂ ਤੇਰਾ ਕੋਕਾ ਹੋਵੇ ਤੇਰਾ ਲਿਖ ਦੂੰ ਸਫੈਦਿਆਂ ਤੇ ਨਾ ਹੋਵੇ ਜਾਂ ਫਿਰ ਰੋਡਵੇਜ ਦੀ ਲਾਰੀ ਹੋਵੇ ਹਰ ਗੀਤ ਨੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ ਸੀ। ਪਰ ਅੱਜ ਅਸੀਂ ਤੁਹਾਨੂੰ ਉਹਨਾਂ ਦੀ ਪਹਿਲੀ ਐਲਬਮ ਰੋਡ ਵੇਜ਼ ਦੀ ਲਾਰੀ ਬਾਰੇ ਦਿਲ ਨੂੰ ਛੂ ਲੈਣ ਵਾਲਾ ਕਿੱਸਾ ਦੱਸਣ ਜਾ ਰਹੇ ਹਾਂ ਜਿਸ ਦਾ ਖੁਲਾਸਾ ਗਾਇਕ ਨੇ ਇੱਕ ਇੰਟਰਵਿਊ ਦੇ ਵਿੱਚ ਕੀਤਾ ਸੀ ਸਰਦੂਲ ਸਿਕੰਦਰ ਦੀ ਅੱਜ ਬਰਥ ਐਨੀਵਰਸਰੀ ਹੈ ਜਿਸ ਕਰਕੇ ਸੋਸ਼ਲ ਮੀਡੀਆ ਤੇ ਸਰਦੂਲ ਸਾਹਿਬ ਨੂੰ ਚਾਣ ਵਾਲੇ ਉਹਨਾਂ ਨੂੰ ਯਾਦ ਕਰ ਰਹੇ ਨੇ ਇਸ ਖਾਸ ਮੌਕੇ ਤੇ ਉਹਨਾਂ ਦੀ ਪਤਨੀ ਤੇ ਗਾਇਕਾ ਅਮਰ ਨੂਰੀ ਨੇ ਵੀ ਇੱਕ ਬੇਹੱਦ ਖਾਸ ਪੋਸਟ ਜਿਹੜੀ ਐ ਉਹ ਸਾਂਝੀ ਕੀਤੀ ਹੈ ਦੱਸਦੀ ਹੈ ਕਿ ਅਮਰ ਨੂਰੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਰਦੂਲ ਸਾਹਿਬ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਹੈ ਜਨਮ ਦਿਨ ਮੁਬਾਰਕ ਮੇਰੀ ਜਾਨ ਤੁਸੀਂ ਇਸ ਵੀ ਦੁਨੀਆ ਦੇ ਵਿੱਚ ਹੋ ਤੁਹਾਨੂੰ ਰੱਬ ਖੁਸ਼ ਰੱਖੇ ਤੁਹਾਡੀ ਰੂਹ ਨੂੰ ਰੱਬ ਸਕੂਨ ਦੇ ਵਿੱਚ ਰੱਖੇ ਤੁਸੀਂ ਜਿਸ ਵੀ ਦੁਨੀਆ ਦੇ ਵਿੱਚ ਹੋ ਉਥੇ ਖੁਸ਼ ਰਹੋ ਬਹੁਤ ਯਾਦ ਕਰਦੇ ਆ ਅਸੀਂ ਤੁਹਾਨੂੰ ਪਤਾ ਨਹੀਂ ਹੁਣ ਕਦੋਂ ਕਿੱਥੇ ਕਿਹੜੇ ਜਨਮ ਦੇ ਵਿੱਚ ਮੁਲਾਕਾਤ ਹੋਵੇਗੀ ਆਪਣੀ ਮੈਂ ਹਰ ਜਨਮ ਦੇ ਵਿੱਚ ਇੰਤਜ਼ਾਰ ਕਰਾਂਗੀ ਤੁਹਾਡਾ ਲਵ ਯੂ ਬਹੁਤ ਸਾਰਾ ਇਸ ਪੋਸਟ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਸਰਦੂਲ ਸਕੰਦਰ ਸਾਹਿਬ ਨੂੰ ਯਾਦ ਕਰ ਰਹੇ ਨੇ ਪੰਜਾਬੀ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਦੱਸਣਯੋਗ ਹੈ ਕਿ ਅਮਰ ਨੂਰੀ ਤੇ ਸਰਦੂਲ ਸਿਕੰਦਰ ਦਰਸ਼ਕਾਂ ਦੇ ਪਸੰਦੀਦਾ ਜੋੜੀਆਂ ਦੇ ਵਿੱਚੋਂ ਇੱਕ ਰਹੇ ਨੇ ਦੋਵਾਂ ਦੀ ਪਹਿਲੀ ਮੁਲਾਕਾਤ ਇੱਕ ਵਿਆਹ ਦੇ ਅਖਾੜੇ ਦੇ ਦੌਰਾਨ ਹੋਈ ਸੀ ਇਸ ਤੋਂ ਬਾਅਦ ਉਹਨਾਂ ਨੇ ਸਰਦੂਲ ਸਿਕੰਦਰ ਨਾਲ ਕਈ ਅਖਾੜੇ ਲਗਾਏ ਉਹਨਾਂ ਦੀ ਜੋੜੀ ਲੋਕਾਂ ਨੂੰ ਇੰਨੀ ਪਸੰਦ ਆਈ ਕਿ ਅਸਲ ਜ਼ਿੰਦਗੀ ਵਿੱਚ ਵੀ ਉਹਨਾਂ ਦੀ ਜੋੜੀ ਬਣ ਗਈ ਹੈ ਤੇ ਉਹਨਾਂ ਨੇ ਕਾਫੀ ਤਰ੍ਹਾਂ ਦੇ ਸ਼ੋਅ ਕੀਤੇ ਅਖਾੜੇ ਲਾਏ ਅਸਲ ਜ਼ਿੰਦਗੀ ਦੇ ਵਿੱਚ ਇਕੱਠੇ ਇਕੱਠੇ ਰਹੇ ਜਿਸ ਤਰ੍ਹਾਂ ਸਟੇਜਾਂ ਤੇ ਲੋਕਾਂ ਨੂੰ ਦੇਖਦੇ ਸੀ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ